ਜਿਹੜੀ ਇਹ ਇਲਜ਼ਾਮਬਾਜ਼ੀਆਂ ਲੱਗ ਰਹੀਆਂ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਚੋਣ ਲੜਨ ਦੇ ਉੱਤੇ ਏਜੰਸੀਆਂ ਦਾ ਹੱਥ ਹੈ, ਮਾਹੌਲ ਪੰਜਾਬ ਦਾ ਖਰਾਬ ਕਰ ਦੇਣਗੀਆਂ, ਤੁਹਾਨੂੰ ਇੱਦਾਂ ਦੀ ਤਸਵੀਰ ਨਜ਼ਰ ਆਉਂਦੀ ਹੈ ਜੇ ਬਤੌਰ ਆਜ਼ਾਦ ਤੌਰ ਦੇ ਉੱਤੇ ਵੀ ਇੰਡੀਪੈਂਡੈਂਟ ਤੌਰ ਦੇ ਉੱਤੇ ਅੰਮ੍ਰਿਤਪਾਲ ਜਿੱਤਦੇ ਨੇ ਖਡੂਰ ਸਾਹਿਬ ਦਾ ਮਾਹੌਲ ਖਰਾਬ ਹੋ ਸਕਦਾ? 1985-84 ਤੋਂ ਲੈ ਕੇ ਜੀ ਜੋ ਲੋਕਾਂ ਨੇ 92 ਤੱਕ ਦਾ ਦੌਰ ਦੇਖਿਆ, ਠੀਕ ਹੈ ਨਾ, ਉਹ ਲੋਕ ਦੁਬਾਰਾ ਦੌਰ ਨਹੀਂ ਦੇਖਣਾ ਚਾਹੁੰਦੇ। ਲਾਜਿਤ ਭੁੱਲਰ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਸਾਰੀਆਂ ਪਾਰਟੀਆਂ ਆਪਣੀ ਵੋਟ ਮਿਲਾ ਲੈਣ ਤਾਂ ਵੀ ਕਹਿੰਦੇ ਮੇਰਾ ਮੁਕਾਬਲਾ ਨਹੀਂ ਕਰ ਪਾਉਣਗੀਆਂ, ਕਹਿੰਦੇ ਮੈਂ ਤਾਂ 2 ਲੱਖ ਦੀ ਲੀਡ ਦੇ ਨਾਲ ਜਿੱਤ ਹਾਸਲ ਕਰ ਰਿਹਾ। ਲੱਗ ਜੂ ਪਤਾ ਉਹਨਾਂ ਨੂੰ, ਦਿਨ 7-8 ਰਹਿ ਗਏ ਆ, ਵੇਖ ਲਾਂਗੇ ਕਿੰਨਾ। ਲਾਲਜੀਤ ਸਿੰਘ ਭੁੱਲਰ ਜੀ, ਮੈਂ ਇਹ ਦੱਸ ਸਕਦਾ ਵੀ ਸੁਲਤਾਨਪੁਰ ਚੋਂ ਲੀਡ ਨਹੀਂ ਲੈ ਪਾਉਣਗੇ, ਠੀਕ ਹੈ ਨਾ, ਨਾ ਹੀ ਉਹਨਾਂ ਨੂੰ ਕਪੂਰਥਲੇ 'ਚ ਕੁਛ ਲੱਭਣਾ। ਤੁਹਾਡੀ ਆਮ ਆਦਮੀ ਪਾਰਟੀ 'ਚ ਆਉਣ ਦੀਆਂ ਚਰਚਾਵਾਂ ਕਿਉਂ ਤੇਜ਼ ਹੋ ਗਈਆਂ ਸੀ? ਬਹੁਤ ਸਾਰੇ ਕਹਿੰਦੇ ਔਫਰ ਤੁਹਾਨੂੰ ਦਿੱਤੇ ਗਏ, ਜਦੋਂ ਸੀ ਐੱਮ ਸਾਹਿਬ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਤਾਂ ਮੰਤਰੀ ਤੱਕ ਤੁਹਾਨੂੰ ਔਫਰ ਕਰਦੇ ਸੀ ਉਹ। ਤੁਹਾਡੀਆਂ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਕਿ ਤੁਸੀਂ ਅਨੰਦਪੁਰ ਸਾਹਿਬ ਦੀ ਸੀਟ ਤੋਂ ਵੀ ਲੜ ਸਕਦੇ ਹੋ, ਖਡੂਰ ਸਾਹਿਬ ਵਾਲੀ ਸੀਟ ਦੇ ਉੱਤੇ ਵੀ ਤੁਹਾਡੀ ਚਰਚਾ ਚੱਲੀ, ਗੱਲ ਕਿੱਥੇ ਆ ਕੇ ਫਸ ਗਈ? ਸਰਦਾਰ ਕੁਲਬੀਰ ਸਿੰਘ ਜ਼ੀਰਾ ਨੂੰ ਰਾਣਾ ਜੀ ਨੇ ਮਹੀਨਾ ਪਹਿਲਾਂ ਕਮਿਟ ਕਰਤਾ ਸੀ ਜਦੋਂ ਫਿਰੋਜ਼ਪੁਰ ਜਾ ਰਹੇ ਸੀ ਕਿ ਵੀ ਫਿਰੋਜ਼ਪੁਰ ਤੁਹਾਡਾ ਕੀ ਹੈ, ਤੁਹਾਡੀ ਸੀਟ ਖਡੂਰ ਸਾਹਿਬ ਆਉਂਦੀ ਹੈ। ਬਹੁਤੇ ਲੋਕ ਇਹ ਵੀ ਕਹਿੰਦੇ ਨੇ, ਕਹਿੰਦੇ ਕਿ ਰਾਣਾ ਪਰਿਵਾਰ ਪਹਿਲਾਂ ਹੀ ਸਿਆਸੀ ਮਾਹੌਲ, ਸਿਆਸੀ ਜੋ ਮੌਸਮ ਹੁੰਦਾ ਉਹ ਭਾਪ ਲੈਂਦਾ, ਤਾਂ ਕਹਿੰਦੇ ਕਿ ਸ਼ਾਇਦ ਉਹਨਾਂ ਨੇ ਇਹ ਜੱਜ ਕਰ ਲਿਆ ਸੀ ਕਿ ਖਡੂਰ ਸਾਹਿਬ ਮੁਕਾਬਲਾ ਫਸਵਾਂ ਹੋ ਸਕਦਾ ਅੰਮ੍ਰਿਤਪਾਲ ਸਿੰਘ ਹੁਣੀ ਪੰਥਕ, ਕਿਉਂਕਿ ਸੀਟ ਹੈ ਪੰਥਕ, ਇਸ ਇਸ਼ੂ ਦੇ ਉੱਤੇ ਚੋਣ ਲੜੀ ਜਾਣੀ ਹੈ, ਤਾਂ ਸਿਆਣਪ ਇਹੀ ਹੈ ਕਿ ਇਸ ਦੇ ਵਿੱਚ ਪੈਰ ਆਪਣੇ ਨਾ ਫਸਾਓ, ਤਾਂ ਇਸ ਤੋਂ ਪਹਿਲਾਂ ਹੀ ਕਿਨਾਰਾ ਕਰ ਲਓ। ਅਨੰਦਪੁਰ ਸਾਹਿਬ ਤੁਸੀਂ ਲੜਨਾ ਚਾਹੁੰਦੇ ਸੀਗੇ, ਮਨ ਸੀ ਤੁਹਾਡਾ? ਬਿਲਕੁਲ ਲੜਨਾ ਚਾਹੁੰਦੇ ਸੀ। ਕੀ ਲੱਗਦਾ ਵਿਜੇਂਦਰ ਸਿੰਗਲਾ ਨੂੰ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਹੈ, ਕਿਵੇਂ ਦੇਖਦੇ ਹੋ ਉਸ ਸੀਟ ਦੇ ਉੱਤੇ ਉਹਨਾਂ ਨੂੰ? ਜਿੱਥੇ ਦੀ ਸਿੰਗਲਾ ਸਾਹਿਬ ਵਾਲੀ ਗੱਲ ਹੈ, ਉਹ ਹੁਣ 4 ਜੂਨ ਨੂੰ ਲੱਗ ਜਾਏਗਾ ਪਤਾ। ਓਵਰਆਲ ਪੰਜਾਬ ਦੀ ਸਿਚੁਏਸ਼ਨ ਤੁਹਾਨੂੰ ਕੀ ਨਜ਼ਰ ਆ ਰਹੀ ਹੈ? ਭਗਵੰਤ ਮਾਨ ਹੁਣੀ ਕਹਿੰਦੇ 13-0, ਕਦੇ 13-0 ਵਾਲੀ ਕਿਸੇ ਪਾਰਟੀ ਦੀ ਵੀ ਸਿਚੁਏਸ਼ਨ ਨਹੀਂ ਹੈ, ਕਹਿਣੀ 'ਚ ਅਤੇ ਕਰਨੀ 'ਚ ਬੜਾ ਫਰਕ ਹੋ। ਬੀਜੇਪੀ ਤੁਹਾਨੂੰ ਲੱਗਦਾ ਕਿ ਆਪਣਾ ਇੱਥੇ ਕੋਈ ਖਾਤਾ ਖੋਲ੍ਹ ਪਾਊਗੀ? ਸ਼ਾਇਦ 1 ਸੀਟ 'ਤੇ ਖੋਲ੍ਹ ਲਵੇ, ਜੋ ਚਰਚਾਵਾਂ ਨੇ। ਕਿਹੜੀ ਸੀਟ ਉਹ? ਗੁਰਦਾਸਪੁਰ, ਕੋਈ ਕਹਿੰਦਾ ਹੁਸ਼ਿਆਰਪੁਰ। ਤੁਸੀਂ ਵੀ ਪ੍ਰਚਾਰ ਕਰ ਰਹੇ ਹੋ, ਤੁਹਾਨੂੰ ਓਵਰਆਲ ਖਡੂਰ ਸਾਹਿਬ ਦੀ ਤਸਵੀਰ ਕੀ ਨਜ਼ਰ ਆਉਂਦੀ ਹੈ? ਪੰਥਕ ਸੀਟ ਹੈ, ਤੁਹਾਡੀ ਲੜਾਈ, ਕਾਂਗਰਸ ਦੀ ਲੜਾਈ ਕਿਸ ਦੇ ਨਾਲ ਨਜ਼ਰ ਆ ਰਹੀ ਹੈ? ਫਰੌਤੀ ਦੀ ਕੌਲ ਆਉਂਦੀ ਹੈ, ਕਿਸੇ ਤੋਂ 50 ਲੱਖ, ਕਿਸੇ ਤੋਂ ਕਰੋੜ, ਕਿਸੇ ਤੋਂ 2 ਕਰੋੜ। ਪਰ ਉਹ ਇਲਜ਼ਾਮਬਾਜ਼ੀਆਂ ਤੁਹਾਡੀਆਂ ਪੁਰਾਣੀਆਂ ਸਰਕਾਰਾਂ ਦੇ ਉੱਤੇ ਲਾਉਂਦੇ ਨੇ, ਕਹਿੰਦੇ ਕਿ ਗੈਂਗਸਟਰ ਅਕਾਲੀ ਕਾਂਗਰਸੀਆਂ ਦੀ ਦੇਣ ਨੇ ਕਹਿੰਦੇ। ਪੰਜਾਬ ਦੀਆਂ ਲੋਕ ਸਭਾ ਚੋਣਾਂ 'ਚ ਸਭ ਤੋਂ ਜ਼ਿਆਦਾ ਚਰਚਿਤ ਸੀਟ ਖਡੂਰ ਸਾਹਿਬ ਦੀ ਬਣੀ ਹੋਈ ਹੈ, ਜਿੱਥੋਂ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਇਸ ਵਾਰ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ। ਹਾਲਾਂਕਿ ਇਸ ਸੀਟ ਦੇ ਉੱਤੇ ਪਹਿਲਾਂ ਚੋਣ ਲੜਨ ਦੀਆਂ ਬਹੁਤ ਸਾਰੀਆਂ ਚਰਚਾਵਾਂ ਹੋਈਆਂ, ਵੱਖੋ ਵੱਖ ਸਿਆਸੀ ਪਾਰਟੀਆਂ ਦੀਆਂ ਚਰਚਾਵਾਂ ਇਸ ਸੀਟ ਤੋਂ ਚੱਲ ਰਹੀਆਂ ਸੀ। ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਨਾਮ ਵੀ ਆਉਂਦਾ ਹੈ, ਬਿਕਰਮ ਮਜੀਠੀਆ ਦਾ ਨਾਮ ਵੀ ਆਉਂਦਾ, ਔਰ ਉੱਥੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਰਾਣਾ ਪਰਿਵਾਰ ਦੇ ਵਿੱਚੋਂ ਰਾਣਾ ਇੰਦਰ ਪ੍ਰਤਾਪ ਉਹਨਾਂ ਦਾ ਨਾਮ ਵੀ ਇਸ ਸੀਟ ਦੇ ਉੱਤੇ ਚੜ੍ਹਦਾ। ਪਰ ਇਸ ਵੇਲੇ ਦੇ ਮੌਜੂਦਾ ਹਾਲਾਤ ਕੀ ਨੇ, ਖਡੂਰ ਸਾਹਿਬ ਸੀਟ ਦੇ ਉੱਤੇ ਇਸ ਵੇਲੇ ਹਵਾ ਕੀ ਕਹਿੰਦੀ ਹੈ, ਗੱਲਬਾਤ ਕਰਦੇ ਹਾਂ ਸਾਡੇ ਨਾਲ ਰਾਣਾ ਇੰਦਰ ਪ੍ਰਤਾਪ ਸਿੰਘ ਹੁਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ, ਕਿਵੇਂ ਵੇਖ ਰਹੇ ਹੋ 1 ਜੂਨ ਨੂੰ ਚੋਣ ਹੈ ਔਰ ਦਿਨ ਥੋੜ੍ਹੇ ਰਹਿ ਗਏ ਨੇ, ਹਵਾ ਕੀ ਇਸ ਵੇਲੇ ਨਜ਼ਰ ਆ ਰਹੀ ਹੈ ਤੁਹਾਨੂੰ?
ਦੇਖੋ ਜਿੱਥੇ ਦੀ ਤਾਂ ਸੁਲਤਾਨਪੁਰ ਲੋਧੀ ਦੀ ਗੱਲ ਹੈ, ਮਾਲਕ ਦੀ ਕਿਰਪਾ, ਕਾਂਗਰਸ ਪਾਰਟੀ ਨੂੰ ਅਸੀਂ ਸਪੋਰਟ ਕਰ ਰਹੇ ਹਾਂ। ਲੜਿਆ ਮੈਂ ਆਜ਼ਾਦ ਸੀ ਜੀ, ਹੈਗਾ ਕਾਂਗਰਸੀਆਂ 22 ਹਾਰਟ 22 ਬਰਥ ਵੀ, ਸਾਡੇ ਦਾਦਾ ਜੀ ਵੀ ਕਾਂਗਰਸ 'ਚ ਹੀ ਰਹੇ ਜੀ, ਅਤੇ ਡਰ ਕੇ ਕਾਂਗਰਸ ਦੀ ਮਦਦ ਕਰਾਂਗੇ ਅਤੇ ਕਾਂਗਰਸ ਪਾਰਟੀ ਸੁਲਤਾਨਪੁਰ ਲੋਧੀ ਤੋਂ ਵਧੀਆ ਲੀਡ ਲੈ ਕੇ ਜਾਓ। ਹਾਲਾਂਕਿ ਤੁਹਾਡੇ ਕੋਲ ਤਾਂ ਜ਼ਿੰਮੇਵਾਰੀਆਂ ਦੋ ਕੌਂਸਟੀਚੁਐਂਸਾਂ ਦੀਆਂ ਨੇ, ਇੱਕ ਪਾਸੇ ਕਪੂਰਥਲਾ ਵੀ, ਇੱਕ ਪਾਸੇ ਸੁਲਤਾਨਪੁਰ ਲੋਧੀ ਵੀ ਹੈ। ਮੈਂ ਹੁਣੇ ਹੁਣੇ ਲਾਲਜੀਤ ਭੁੱਲਰ ਉਹਨਾਂ ਦਾ ਇੰਟਰਵਿਊ ਕਰਕੇ ਆਇਆ, ਉਹ ਕਹਿੰਦੇ ਕਿ ਇਸ ਵਾਰ ਕਪੂਰਥਲਾ ਦੇ ਵਿੱਚ ਰਾਣਾ ਫੈਕਟਰ ਚੱਲਣ ਨਹੀਂ ਦੇਣਾ, ਰਾਣਾ ਫੈਕਟਰ ਖਤਮ ਕਰ ਦੇਣਾ ਅਸੀਂ। ਲੱਗ ਜੂ ਪਤਾ ਉਹਨਾਂ ਨੂੰ, ਦਿਨ 7-8 ਰਹਿ ਗਏ ਆ, ਵੇਖ ਲਾਂਗੇ ਕਿੰਨਾ ਕੁ ਝਾੜੂ ਦਾ ਫੈਕਟਰ ਚੱਲਦਾ। ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਪੂਰੀ ਜੇਬ ਹੈ, ਔਰ ਕਹਿੰਦੇ ਕਿ ਜਿਹੜੀ ਗਲਤੀ ਕਹਿੰਦੇ 22 'ਚ ਲੋਕਾਂ ਨੇ ਕੀਤੀ ਉਹ ਦੁਬਾਰਾ ਨਹੀਂ ਦੁਹਰਾਉਣਗੇ, ਔਰ ਕਹਿੰਦੇ ਇਸ ਵਾਰ 24 ਦੇ ਵਿੱਚ ਕਪੂਰਥਲਾ ਔਰ ਸੁਲਤਾਨਪੁਰ ਲੋਧੀ ਕਹਿੰਦੇ ਦੋਵੇਂ ਪਾਸੋਂ ਕਹਿੰਦੇ ਅਸੀਂ ਇੱਥੋਂ ਦੀ ਵੱਡੀ ਜਿੱਤ ਹਾਸਲ ਕਰਾਂਗੇ। ਨਹੀਂ, ਉਹਨਾਂ ਨੂੰ ਪੁੱਛਣਾ ਸੀ ਜਿਹੜੀ 22 'ਚ ਗਲਤੀ ਸਾਰੇ ਪੰਜਾਬ 'ਚ ਕੀਤੀ ਆ ਲੋਕਾਂ ਤੋਂ ਹੋਈ ਆ, ਉਹਦੀ ਰਿਪੀਟ ਹੋਏਗੀ। ਰਾਣਾ ਜੀ, ਮੈਂ ਜੇ ਤੁਹਾਡੀ ਗੱਲ ਕਰਾਂ, ਤੁਹਾਡੀਆਂ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਕਿ ਤੁਸੀਂ ਅਨੰਦਪੁਰ ਸਾਹਿਬ ਦੀ ਸੀਟ ਤੋਂ ਵੀ ਲੜ ਸਕਦੇ ਹੋ, ਖਡੂਰ ਸਾਹਿਬ ਵਾਲੀ ਸੀਟ ਦੇ ਉੱਤੇ ਵੀ ਤੁਹਾਡੀ ਚਰਚਾ ਚੱਲੀ, ਗੱਲ ਕਿੱਥੇ ਆ ਕੇ ਫਸ ਗਈ, ਕੀ ਬਣਿਆ, ਕੀ ਸਬੱਬ ਬਣਿਆ ਕਿ ਅੰਮ੍ਰਿਤਪਾਲ ਸਿੰਘ ਹੁਣੀ ਜਦੋਂ ਅਨਾਊਂਸ ਹੋ ਗਈ ਉਹਨਾਂ ਦੀ ਕਿ ਉਹ ਮੈਦਾਨ ਦੇ ਵਿੱਚ ਆ ਰਹੇ ਨੇ, ਉਸ ਤੋਂ ਬਾਅਦ ਤੁਸੀਂ ਮਨਾ ਕੀਤਾ ਜਾਂ ਪਾਰਟੀ ਨੇ ਹੀ ਕੁਛ ਹੋਰ ਸੋਚਿਆ? ਦੇਖੋ, ਸਾਡੇ ਪਰਿਵਾਰ ਦਾ ਹਮੇਸ਼ਾ ਮਨ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਸੀ। ਮੇਰੇ ਫਾਦਰ ਸਾਹਿਬ ਰਾਣਾ ਜੀ ਨੇ 2009 'ਚ ਜੀ ਵੀ ਚਾਹਿਆ ਸੀ, ਜਦੋਂ ਜਲੰਧਰ ਦੀ ਸੀਟ ਰਿਜ਼ਰਵ ਹੋਈ, ਕਿ ਅਨੰਦਪੁਰ ਸਾਹਿਬ ਤੋਂ ਲੜਿਆ ਜਾਏ ਜੀ। ਫਿਰ 14 'ਚ ਵੀ, 19 'ਚ ਵੀ, ਅਤੇ 22 ਦੇ ਵਿੱਚ ਵੀ, 24 ਦੇ ਵਿੱਚ ਵੀ, ਇਸ ਇਲੈਕਸ਼ਨ ਦੌਰਾਨ ਵੀ ਬੜੀ ਕਲੀਅਰਲੀ ਕਿਹਾ ਸੀ ਵੀ ਅਸੀਂ ਅਨੰਦਪੁਰ ਸਾਹਿਬ ਤੋਂ ਲੜਨਾ ਚਾਹੁੰਦੇ ਹਾਂ। ਜਿੱਥੇ ਦੀ ਖਡੂਰ ਸਾਹਿਬ ਦੀ ਗੱਲ ਹੈ ਜੀ, ਸਰਦਾਰ ਕੁਲਬੀਰ ਸਿੰਘ ਜ਼ੀਰਾ ਨੂੰ ਰਾਣਾ ਜੀ ਨੇ ਮਹੀਨਾ ਪਹਿਲਾਂ ਕਮਿਟ ਕਰਤਾ ਸੀ ਜਦੋਂ ਫਿਰੋਜ਼ਪੁਰ ਜਾ ਰਹੇ ਸੀ, ਕਿ ਵੀ ਫਿਰੋਜ਼ਪੁਰ ਤੁਹਾਡਾ ਕੀ ਹੈ, ਤੁਹਾਡੀ ਸੀਟ ਖਡੂਰ ਸਾਹਿਬ ਚਾਹੁੰਦੀ ਹੈ, ਅਤੇ ਉਹਨਾਂ ਨੂੰ ਮਹੀਨਾ ਪਹਿਲਾਂ ਕਮਿਟ ਕਰਤਾ ਸੀ ਵੀ ਖਡੂਰ ਸਾਹਿਬ ਤੋਂ ਤੁਹਾਡੀ ਕਰਾਂਗੇ ਮਤ ਅਤੇ ਟਿਕਟ ਲੈ ਕੇ ਦਿਆਂਗੇ। ਅਤੇ ਕਾਂਗਰਸ ਪਾਰਟੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਫੈਸਲਾ ਕਰ ਲਿਆ ਅਤੇ ਫਿਰ ਇੱਧਰ ਜ਼ੀਰਾ ਸਾਹਿਬ ਨੂੰ ਕਮਿਟ ਕੀਤੀ ਹੋਈ ਸੀ, ਸੋ ਆਪਾਂ ਕਮਿਟਮੈਂਟ ਤੋਂ ਪਿੱਛੇ ਭੱਜਣ ਵਾਲੇ ਬੰਦੇ। ਬਹੁਤੇ ਲੋਕ ਇਹ ਵੀ ਕਹਿੰਦੇ ਨੇ, ਕਹਿੰਦੇ ਕਿ ਰਾਣਾ ਪਰਿਵਾਰ ਪਹਿਲਾਂ ਹੀ ਸਿਆਸੀ ਮਾਹੌਲ, ਸਿਆਸੀ ਜੋ ਮੌਸਮ ਹੁੰਦਾ ਉਹ ਭਾਪ ਲੈਂਦਾ, ਤਾਂ ਕਹਿੰਦੇ ਕਿ ਸ਼ਾਇਦ ਉਹਨਾਂ ਨੇ ਇਹ ਜੱਜ ਕਰ ਲਿਆ ਸੀ ਕਿ ਖਡੂਰ ਸਾਹਿਬ ਮੁਕਾਬਲਾ ਫਸਵਾਂ ਹੋ ਸਕਦਾ, ਅੰਮ੍ਰਿਤਪਾਲ ਸਿੰਘ ਹੁਣੀ ਪੰਥਕ, ਕਿਉਂਕਿ ਸੀਟ ਹੈ ਪੰਥਕ, ਇਸ ਇਸ਼ੂ ਦੇ ਉੱਤੇ ਚੋਣ ਲੜੀ ਜਾਣੀ ਹੈ, ਤਾਂ ਸਿਆਣਪ ਇਹੀ ਹੈ ਕਿ ਇਸ ਦੇ ਵਿੱਚ ਪੈਰ ਆਪਣੇ ਨਾ ਫਸਾਓ, ਤਾਂ ਇਸ ਤੋਂ ਪਹਿਲਾਂ ਹੀ ਕਿਨਾਰਾ ਕਰ ਲਓ। ਕੀ ਇਹ ਤੁਹਾਨੂੰ ਲੱਗਿਆ, ਤੁਸੀਂ ਇਹ ਜੱਜ ਕੀਤਾ ਸੀਗਾ ਚੀਜ਼? ਦੇਖੋ, ਰਾਣਾ ਪਰਿਵਾਰ ਨਾ ਜਿਹਦੇ ਨਾਲ ਜਿਹੜੀ ਚੀਜ਼ ਕਮਿਟ ਕਰ ਲੈਂਦਾ ਉਹਦੇ ਤੋਂ ਫਿਰ ਪਿੱਛੇ ਨਹੀਂ ਹਟਦਾ, ਬੰਦੇ ਦੇ ਸਵਾਸ ਭਾਵੇਂ ਚੱਲ ਜਾਣ ਪਰ ਜਿਹੜੀ ਜਵਾਨ ਦੀ ਕਮਿਟਮੈਂਟ ਹੈ ਉਹ ਨਹੀਂ ਕਿਤੇ ਜਾਣੀ ਚਾਹੀਦੀ। ਤਾਂ ਕਮਿਟਮੈਂਟ ਕੀ ਕੁਲਬੀਰ ਜੀਰਾ ਨਾਲ ਪਹਿਲਾਂ ਹੋ ਗਈ ਸੀ ਤਾਂ ਕਰਕੇ ਤੁਸੀਂ ਨਹੀਂ ਲੜੇ ਖਡੂਰ ਸਾਹਿਬ? ਸਰਦਾਰ ਕੁਲਬੀਰ ਸਿੰਘ ਜੀਰਾ ਨਾਲ 25 ਦਿਨ ਪਹਿਲਾਂ ਕਮਿਟਮੈਂਟ ਹੋ ਚੁੱਕੀ ਸੀ ਅਤੇ ਉਸ ਕਮਿਟਮੈਂਟ 'ਤੇ ਰਹਿਣ ਦਾ ਫਰਜ਼ ਬਣਦਾ। ਅਨੰਦਪੁਰ ਸਾਹਿਬ ਤੁਸੀਂ ਲੜਨਾ ਚਾਹੁੰਦੇ ਸੀਗੇ, ਮਨ ਸੀ ਤੁਹਾਡਾ? ਬਿਲਕੁਲ ਲੜਨਾ ਚਾਹੁੰਦੇ ਸੀ। ਔਰ ਕੀ ਲੱਗਦਾ, ਵਿਜੇਂਦਰ ਸਿੰਗਲਾ ਨੂੰ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ, ਕਿਵੇਂ ਦੇਖਦੇ ਹੋ ਸੀਟ ਦੇ ਉੱਤੇ ਉਹਨਾਂ ਨੂੰ? ਹਾਲਾਂਕਿ ਬਹੁਤੇ ਇਹ ਕਹਿ ਰਹੇ ਨੇ ਕਿ ਬਾਹਰਲੇ ਉਮੀਦਵਾਰ ਨੇ ਸੰਗਰੂਰ ਤੋਂ ਲਿਆ ਕੇ
ਕਹਿੰਦੇ ਅਨੰਦਪੁਰ ਸਾਹਿਬ ਭੇਜ ਦਿੱਤਾ। ਹਾਲਾਂਕਿ ਜੇ ਤੁਸੀਂ ਵੀ ਆਉਂਦੇ ਤਾਂ ਤੁਹਾਨੂੰ ਵੀ ਇਹੀ ਕਹਿਣਾ ਸੀ ਕਿ ਤੁਸੀਂ ਸੁਲਤਾਨਪੁਰ ਲੋਧੀ ਤੋਂ ਆ ਕੇ ਅਨੰਦਪੁਰ ਸਾਹਿਬ ਦੇ ਵਿੱਚ ਬੈਠ ਗਏ ਹੋ। ਦੇਖੋ ਜਿੱਥੇ ਤੀ ਸਾਡੀ ਗੱਲ ਹੈ, ਸਾਡਾ ਤਾਂ ਪਿੰਡ ਵੀ ਜਿਹੜਾ ਜੱਦੀ ਪਿੰਡ ਹੈ ਜੀ ਉਹ ਅਨੰਦਪੁਰ ਸਾਹਿਬ 'ਚ ਪੈਂਦਾ, ਬੰਗਾ ਕੌਂਸਟੀਚੁਐਂਸੀ 'ਚ, ਅਤੇ ਸਾਹੀ ਤਾਂ ਰਹੀ ਉੱਥੇ ਹਾਂ, ਰਿਸ਼ਤੇਦਾਰੀਆਂ, ਪ੍ਰੇਮ ਪਿਆਰ ਰਾਣਾ ਜੀ ਦਾ ਸਾਰਾ ਉੱਥੇ ਜੀ। ਸੋ ਜਿੱਥੇ ਤੀ ਸਿੰਗਲਾ ਸਾਹਿਬ ਵਾਲੀ ਗੱਲ ਹੈ ਉਹ ਹੁਣ 4 ਜੂਨ ਨੂੰ ਲੱਗ ਜਾਏਗਾ ਪਤਾ। ਓਵਰਆਲ ਪੰਜਾਬ ਦੀ ਸਿਚੁਏਸ਼ਨ ਤੁਹਾਨੂੰ ਕੀ ਨਜ਼ਰ ਆ ਰਹੀ ਹੈ? ਭਗਵੰਤ ਮਾਨ ਹੁਣੀ ਕਹਿੰਦੇ 13-0, ਪਰ ਕੀ ਵਾਕਈ 13-0 ਹੋਏਗਾ? ਔਰ ਮੈਂ ਅਗਲਾ ਸਵਾਲ ਆਮ ਆਦਮੀ ਪਾਰਟੀ ਦੇ ਤੁਹਾਡੇ ਸ਼ਾਮਿਲ ਹੋਣ ਦੀਆਂ ਚਰਚਾਵਾਂ ਦੇ ਉੱਤੇ ਵੀ ਜ਼ਰੂਰ ਲਊਂਗਾ, ਪਰ ਤੁਹਾਨੂੰ 13-0 ਕੀ ਨਜ਼ਰ ਆਉਂਦਾ? ਦੇਖੋ ਜੀ ਪ੍ਰੈਕਟੀਕਲੀ ਗੱਲ ਕਰੀਏ, ਕਦੇ 13-0 ਵਾਲੀ ਕਿਸੇ ਪਾਰਟੀ ਦੀ ਵੀ ਸਿਚੁਏਸ਼ਨ ਨਹੀਂ ਹੈਗੀ। ਕਹਿਣੀ 'ਚ ਅਤੇ ਕਰਨੀ 'ਚ ਬੜਾ ਫਰਕ ਹੁੰਦਾ, ਅਤੇ ਹਰੇਕ ਪਾਰਟੀ ਨੂੰ ਆਪਣਾ ਆਪਣਾ ਹਿੱਸਾ ਐਜ਼ ਪਰ ਦੇਅਰ ਕ੍ਰੈਡੀਬਿਲਟੀ ਐਂਡ ਐਜ਼ ਪਰ ਦੇਅਰ ਵਰਕ ਡਨ ਮਿਲਣਾ, ਸੋ ਉਹ ਲੋਕਾਂ ਨੇ ਤੈਅ ਕਰ ਦੇਣਾ। ਫਿਰ ਵੀ ਤੁਹਾਡੀ ਕੀ ਜਜਮੈਂਟ ਹੈ, ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾ ਸਕਦੀ ਹੈ? ਮੈਂ ਇਹ ਕਹਿ ਸਕਦਾ ਕਿ ਅੱਜ ਲੋਕਾਂ ਦਾ ਜਿਹੜਾ ਵਿਸ਼ਵਾਸ ਦੁਬਾਰਾ ਕਾਂਗਰਸ ਵਾਲੇ, ਮਜੋਰਿਟੀ ਸੀਟਾਂ ਕਾਂਗਰਸ ਲੈ ਕੇ ਜਾਊਗੀ, ਬੈਲੈਂਸ ਜਿਹੜਾ ਸ਼ੇਅਰ ਹੈਗਾ ਜੀ ਉਹ ਡਿਸਟ੍ਰੀਬਿਊਟ ਹੋਊਗਾ ਆਮ ਆਦਮੀ ਪਾਰਟੀ 'ਚ ਐਂਡ ਅਕਾਲੀ ਦਲ ਮੇ ਬੀ ਬੀਜੇਪੀ। ਬੀਜੇਪੀ ਤੁਹਾਨੂੰ ਲੱਗਦਾ ਕਿ ਆਪਣਾ ਇੱਥੇ ਕੋਈ ਖਾਤਾ ਖੋਲ੍ਹ ਪਾਊਗੀ? ਸ਼ਾਇਦ ਇੱਕ ਸੀਟ 'ਤੇ ਖੋਲ੍ਹ ਲਵੇ ਜੋ ਚਰਚਾਵਾਂ ਨੇ। ਕਿਹੜੀ ਸੀਟ ਉਹ? ਗੁਰਦਾਸਪੁਰ, ਕੋਈ ਕਹਿੰਦਾ ਹੁਸ਼ਿਆਰਪੁਰ, ਕੋਈ ਕੁਛ ਕਹਿੰਦਾ, ਬਾਕੀ 4 ਜੂਨ ਨੂੰ ਪਤਾ ਲੱਗਣਾ। 4 ਕਾਰਨਰ ਕੰਟੈਸਟ ਹੈ ਫਿਲਹਾਲ, ਤਾਂ ਇਸ ਵੇਲੇ ਤਾਂ ਸਾਰੇ ਐਮ ਪੀ ਬਣੇ ਹੋਏ ਨੇ। ਇਸ ਵੇਲੇ ਤਾਂ 52 ਐਮ ਪੀ ਨੇ, 4-4 ਕੈਂਡੀਡੇਟ ਹੈਗੇ, ਕਈਆਂ ਦੇ ਤਾਂ ਆਜ਼ਾਦ ਵੀ ਨੇ, ਆਜ਼ਾਦ ਵੀ ਨੇ, ਤਾਂ 52 ਤਾਂ ਪੱਕੇ ਹੀ ਆ। ਪਰ ਮੈਨੂੰ ਇਹ ਮਹਿਸੂਸ ਹੁੰਦਾ ਕਾਂਗਰਸ ਸ਼ੁੱਡ ਟੇਕ 7-8 ਸੀਟਸ। ਤੁਸੀਂ ਹਾਲਾਂਕਿ ਅਜੇ ਤੱਕ ਕਾਂਗਰਸ ਸ਼ਾਮਿਲ ਤਾਂ ਨਹੀਂ ਹੋਏ, ਪਰ ਤੁਸੀਂ ਸਪੋਰਟ ਜ਼ਰੂਰ ਕਰ ਰਹੇ ਹੋ, ਤੁਹਾਡੀ ਆਮ ਆਦਮੀ ਪਾਰਟੀ 'ਚ ਆਉਣ ਦੀਆਂ ਚਰਚਾਵਾਂ ਕਿਉਂ ਤੇਜ਼ ਹੋ ਗਈਆਂ ਸੀ? ਬਹੁਤ ਸਾਰੇ ਕਹਿੰਦੇ ਔਫਰ ਤੁਹਾਨੂੰ ਦਿੱਤੇ ਗਏ ਜਦੋਂ ਸੀ ਐੱਮ ਸਾਹਿਬ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਤਾਂ ਮੰਤਰੀ ਤੱਕ ਤੁਹਾਨੂੰ ਔਫਰ ਕਰਦੇ ਸੀ, ਉਹ ਇਹ ਵਾਕਈ ਹੀ ਸੱਚਾਈ ਹੈ? ਇਹ ਔਫਰ ਮੇਰੇ 'ਤੇ ਤਾਂ ਪਹੁੰਚੀ ਨਹੀਂ, ਤੁਹਾਡੇ 'ਚ ਹੀ ਰਾਹ 'ਚ ਹੀ ਰਹਿ ਗਈ, ਮੇਰੇ 'ਤੇ ਨਹੀਂ ਪਹੁੰਚੀ। ਜਿੱਥੇ ਦੀ ਸੀ ਐੱਮ ਸਾਹਿਬ ਨੂੰ ਮਿਲਣ ਦਾ ਸਵਾਲ ਆ, ਤੁਸੀਂ ਤਾਂ ਡਾਕਟਰ ਸੁੱਖੀ ਹੋਣੀ ਸ਼ਾਇਦ ਇਕੱਠੇ ਵੀ ਮਿਲੇ ਸੀ ਇੱਕ ਵਾਰੀ? ਨਹੀਂ, ਸੇਮ ਡੇ ਜ਼ਰੂਰ ਹੋ ਸਕਦਾ ਜੀ, ਪਰ ਇਕੱਠੇ ਨਹੀਂ। ਜਿੱਥੇ ਤੀ ਮੇਰਾ ਮਸਲਾ ਸੀ ਐੱਮ ਸਾਹਿਬ ਨੂੰ ਮਿਲਣ ਵਾਲਾ, ਮੇਰੇ ਇਲਾਕੇ ਦੇ ਜਿੰਨੇ ਇਸ਼ੂਜ਼ ਆ ਫਲੱਡ ਰਿਲੇਟਡ, ਉਹ ਮੈਂ ਟਾਈਮ ਸਰ ਟਾਈਮ ਮੁੱਖ ਮੰਤਰੀ ਸਾਹਿਬ ਦੇ ਨੌਲੇਜ 'ਚ ਲਿਆਉਂਦਾ ਰਿਹਾ, ਕਿਉਂਕਿ ਜਿੱਥੇ ਆਪਾਂ ਬੈਠੇ ਹਾਂ ਇੱਥੋਂ 1.5 ਕਿਲੋਮੀਟਰ 'ਤੇ ਬੰਨੇ ਹਾਂ, ਬਿਲਕੁਲ, ਅਤੇ 40 ਕਿਲੋਮੀਟਰ ਦਾ ਏਰੀਆ ਜਿੱਥੇ ਤਬਾਹੀ ਮਚੀ ਸੀ ਪਿਛਲੇ ਸਾਲ। ਅਤੇ ਜੇ ਐਤਕੀ ਵੀ ਕੱਲ੍ਹ ਦਾ ਦਿਨ ਮੈਂ ਚੰਡੀਗੜ੍ਹ ਜਾ ਕੇ ਆਇਆ ਇਲੈਕਸ਼ਨ ਕੰਪੇਨ ਛੱਡ ਕੇ, ਕ੍ਰਿਸ਼ਨ ਕੁਮਾਰ ਜੀ ਨੂੰ ਮਿਲ ਕੇ ਆਇਆ ਅਤੇ ਉਹਨਾਂ ਦੀ ਨੌਲੇਜ 'ਚ ਲੈ ਕੇ ਆਇਆ ਵੀ ਸਾਡੇ ਗੋਇੰਦਵਾਲ ਵਾਲਾ ਜਿਹੜਾ ਪੁਲ ਆ ਉਹਦੇ 'ਚ 75% ਸਿਲਟਿੰਗ ਹੋਈ ਵਾ, 75%। ਅੱਜ ਸਿਰਫ 10,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਡੈਮਸ 'ਚੋਂ, ਅਤੇ ਉਹ 25% ਏਰੀਏ 'ਚ ਆ ਰਿਹਾ, ਅੱਜ ਵੀ ਡਾਫ ਲੱਗ ਰਹੀ ਆ, ਠੀਕ ਹੈ ਨਾ, ਅੱਜ ਵੀ ਬੰਦ 'ਤੇ ਪ੍ਰੈਸ਼ਰ ਆ ਰਿਹਾ ਪਾਣੀ ਦਾ। ਜਿੱਦਣ 1,00,000, 1.5 ਲੱਖ, 2 ਲੱਖ ਕਿਊਸਿਕ ਪਾਣੀ ਅੱਜ ਤੋਂ 45 ਦਿਨ ਬਾਅਦ ਛੱਡਿਆ ਜਾਣਾ ਤਾਂ ਕੀ ਹਾਲ ਹੋਊਗਾ ਸਾਡਾ? ਖੜਿਆ ਗਏ ਅਸੀਂ 9 ਮਹੀਨਿਆਂ 'ਚ ਪਿਛਲਿਆਂ ਤੋਂ ਕੀ ਸਿੱਖਿਆ? ਉਹ ਮੈਂ ਇਹਨਾਂ ਦੇ ਕੰਨ ਖੋਲ੍ਹਣ ਗਿਆ ਸੀ ਕਿ ਭਾਈ ਉਹਦੀ ਡੀਸਲ ਟਿੰਕਰਾ ਦਿਓ ਨੰਬਰ 1,
ਨੰਬਰ 2 ਜਿੱਥੇ ਜਿੱਥੇ ਸਾਡੇ ਬੰਨ ਖੁਰੇ ਆ ਜੀ, ਠੀਕ ਹੈ, ਜਿੱਥੇ ਜਿੱਥੇ ਟੁੱਟੇ ਆ ਉੱਥੇ ਉੱਥੇ ਸਟੱਡਸ ਐਂਡ ਪੱਥਰ ਦਾ ਜਿਹੜਾ ਕੰਮ ਹੋਣ ਵਾਲਾ ਉਹ ਹੋ ਜਾਵੇ। ਤੁਹਾਡੇ ਤੋਂ ਪਹਿਲਾਂ ਮੈਂ ਪਿਛਲੇ ਪਿੰਡ ਸੀ, 1 ਕਿਲੋਮੀਟਰ ਦਾ ਤੁਸੀ ਬੰਨ ਜੀ, ਕੋਈ ਪ੍ਰਾਈਵੇਟ ਬੰਨ ਨਹੀਂ, ਤੁਸੀ ਬੰਨ, ਉਹਦੇ ਜਿਹੜੇ ਪੈਰ ਆ ਉਹ ਖੁਰ ਚੁੱਕੇ ਆ। ਅਤੇ ਜੇ ਉਹ 1 ਕਿਲੋਮੀਟਰ ਦੇ ਪੈਰ ਖੁਰ ਚੁੱਕੇ, ਸਰਕਾਰ ਦਾ ਕੋਈ ਬੰਦਾ ਆ ਕੇ ਵੇਖਿਆ ਨਹੀਂ, 2 ਮਹੀਨਿਆਂ ਬਾਅਦ ਜੇ ਪਾਣੀ ਵੱਧ ਆਇਆ ਅਤੇ ਨੁਕਸਾਨ ਹੋਇਆ, ਤਾਂ ਸਾਡੇ ਘੱਟੋ ਘੱਟ 50 ਕਿਲੋਮੀਟਰ 'ਚ ਪਾਣੀ ਜਾਣਾ। ਜੇ ਇੱਥੋਂ ਟੁੱਟਦਾ ਬੰਨ ਸੁਲਤਾਨਪੁਰ ਟੱਪ ਕੇ ਲੋਹੀਆਂ 'ਤੇ, ਸਾਰਾ ਏਰੀਆ ਨੀਵਾਂ, ਸਾਰਾ ਏਰੀਆ ਫਲੱਡ। ਜਿਸ ਥਾਂ ਦੇ ਉੱਤੇ ਆਪਾਂ ਬੈਠੇ ਹੋਏ ਹਾਂ, ਇਹ ਇਸ ਪਿੰਡ ਦੇ ਵੀ ਮਾਰ ਪਈ ਸੀ ਜਦੋਂ ਹੜ੍ਹਾਂ ਦੀ ਆਈ? ਇਹ ਜਿਹੜਾ ਪਿੰਡ ਆ ਇਹਦੇ ਤੋਂ 1 ਕਿਲੋਮੀਟਰ ਤੋਂ ਬਾਅਦ ਮਾਰ ਸੀ, ਅਤੇ ਉਹ ਜਿਹੜਾ ਇਲਾਕਾ ਜਿੱਥੋਂ ਪੈਰ ਨਿਕਲਿਆ ਉਹ ਵੀ 1 ਕਿਲੋਮੀਟਰ ਦੂਰ ਹੈ। ਜੇ ਉਹ ਟੁੱਟ ਜਾਂਦਾ ਤਾਂ ਸਭ ਪਾਣੀ ਦੇ ਅੰਦਰ ਸੀ। ਤਾਂ ਸਰਕਾਰ ਜਾਗੀ, ਸੁੱਤੀ, ਜਿਹੜੀ ਨੀਂਦ ਦੇ ਵਿੱਚ ਬੈਠੀ ਪਈ ਹੋਈ ਹੈ ਸਰਕਾਰ, ਉਹ ਜਾਗੀ ਕਿ ਨਹੀਂ ਜਾਗੀ? ਅਜੇ ਤੱਕ ਤਾਂ ਸੁੱਤੀ ਆ, ਅਜੇ ਤੱਕ ਸੁੱਤੀ ਆ। ਕੰਸਰਨਡ ਡਿਪਾਰਟਮੈਂਟਸ, ਚਾਹੇ DC ਹੋਵੇ, ਚਾਹੇ ਇਰੀਗੇਸ਼ਨ ਓਬਲੀਕ ਮਾਈਨਿੰਗ ਡਿਪਾਰਟਮੈਂਟ ਹੋਵੇ ਜੀ, ਇਹਨਾਂ ਦੇ ਨੌਲੇਜ 'ਚ ਮੈਂ ਲੈ ਕੇ ਆਇਆ। ਲੇਟੈਸਟ ਸੀ, ਹੁਣ ਕ੍ਰਿਸ਼ਨ ਕੁਮਾਰ ਜੀ ਨੇ ਮੈਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਜਲਦੀ ਇਹਦਾ ਟੈਂਡਰ ਕਰਾਉਂਦੇ ਹਾਂ। ਬਟ ਜਿਹੜੇ ਕੰਮ ਕਰਨ ਵਾਲੇ ਆ ਉਹ ਅੱਜ ਤੋਂ 9 ਮਹੀਨੇ 6 ਮਹੀਨੇ ਪਹਿਲਾਂ ਹੋਣੇ ਚਾਹੀਦੇ ਸੀ। 30 ਜੂਨ ਤੋਂ ਬਾਅਦ ਪੱਥਰ ਦਾ ਕੰਮ ਨਹੀਂ ਹੋ ਸਕਦਾ ਦਰਿਆਵਾਂ 'ਤੇ ਜੀ। ਸੋ ਮੈਂ ਕਿਹਾ ਸਮਝਦਾ ਇਹਨਾਂ ਜਿੰਨੇ ਵੀ ਮੇਰੇ ਇਲਾਕੇ ਦੇ ਇਸ਼ੂਜ਼ ਨੇ ਉਹਨਾਂ ਲਈ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਦਾ ਰਹਿੰਦਾ ਅਤੇ ਇਨ ਫਿਊਚਰ ਵੀ ਮਿਲਦਾ ਰਹੂੰ। ਹਾਲਾਂਕਿ ਇਲੈਕਸ਼ਨ ਮੂਡ ਚੱਲ ਰਿਹਾ, ਇਲੈਕਸ਼ਨ ਇਸ ਵੇਲੇ ਫਲੇਵਰ ਬਣਿਆ ਹੋਇਆ ਹੈ, ਤੁਸੀਂ ਵੀ ਪ੍ਰਚਾਰ ਕਰ ਰਹੇ ਹੋ, ਤੁਹਾਨੂੰ ਓਵਰਆਲ ਖਡੂਰ ਸਾਹਿਬ ਦੀ ਤਸਵੀਰ ਕੀ ਨਜ਼ਰ ਆਉਂਦੀ ਹੈ? ਪੰਥਕ ਸੀਟ ਹੈ, ਤੁਹਾਡੀ ਲੜਾਈ, ਕਾਂਗਰਸ ਦੀ ਲੜਾਈ ਕਿਸ ਦੇ ਨਾਲ ਨਜ਼ਰ ਆ ਰਹੀ ਹੈ? ਦੇਖੋ ਜਿੱਥੇ ਤੇ ਮੈਂ ਆਪਦੇ ਇਲਾਕੇ ਦੀ ਗੱਲ ਕਰਾਂ, ਇੱਥੇ ਜਿਹੜੀ ਲੜਾਈ ਹੋਣੀ ਆ ਬਿਟਵੀਨ ਕਾਂਗਰਸ ਐਂਡ ਆਪ ਹੋਣੀ ਆ। ਓਕੇ, ਅੰਮ੍ਰਿਤਪਾਲ ਸਿੰਘ ਹੋਣਾ ਦਾ ਕੋਈ ਫੈਕਟਰ ਨਹੀਂ ਉਰੇ? ਅੰਮ੍ਰਿਤਪਾਲ ਸਿੰਘ ਹੋਣਾ ਦਾ ਮੈਂ ਥੋੜ੍ਹਾ ਬਹੁਤਾ ਫੈਕਟਰ ਤਾਂ ਹਰ ਕੈਂਡੀਡੇਟ ਦਾ ਹੁੰਦਾ ਜੀ, ਬਟ ਡਿਸੀਜਨ ਮੇਕਿੰਗ ਫੈਕਟਰ ਨਹੀਂ ਹੈਗਾ। ਔਰ ਇਸ ਨਾਲ ਨਾਲ ਕਪੂਰਥਲੇ ਦੀ ਗੱਲ ਕਰੀਏ ਆਪਾਂ, ਕਪੂਰਥਲੇ ਵੀ ਸਿਮਿਲਰ ਸਿਚੁਏਸ਼ਨ ਹੈ, 50% ਸ਼ਹਿਰ ਆ, ਸ਼ਹਿਰ ਦੇ ਵਿੱਚ ਉਹਨਾਂ ਦਾ ਫੈਕਟਰ ਘੱਟ ਆ ਜੀ, ਅਤੇ ਜਿਹੜੇ ਬਾਕੀ 25% ਪਿੰਡ ਆ ਉਹਨਾਂ ਦੇ ਕੁਛ ਪਰਸੈਂਟੇਜ ਤਾਂ ਹੁੰਦਾ ਹੀ ਆ। ਹਾਲਾਂਕਿ ਦੁਆਬਾ, ਕਿਉਂਕਿ ਖਡੂਰ ਸਾਹਿਬ ਨੂੰ ਦੁਆਬਾ ਵੀ ਲੱਗਦਾ, ਮਾਝਾ ਵੀ ਲੱਗਦਾ, ਮਾਝੇ ਦੇ ਵਿੱਚ ਤੁਹਾਨੂੰ ਤਸਵੀਰ ਨਜ਼ਰ ਆਉਂਦੀ ਹੈ ਕਿ ਲੱਗਦਾ ਕਿ ਇੱਕ ਪਾਸੜ ਹੋ ਕੇ ਲੋਕ ਫੈਸਲਾ ਲੈਣਗੇ ਔਰ ਆਜ਼ਾਦ ਤੌਰ ਦੇ ਉੱਤੇ ਜੋ ਅੰਮ੍ਰਿਤਪਾਲ ਸਿੰਘ ਹੁਣੀ ਲੜ ਰਹੇ ਨੇ ਉਹਨਾਂ ਨੂੰ ਜਿਤਾਉਣਗੇ? ਵੇਖੋ ਮਾਝਾ ਬੜਾ ਕੰਪਲੈਕਸ ਆ, ਸਾਨੂੰ ਕਾਸਟ ਸਿਸਟਮ ਵੀ ਦੇਖਣਾ ਪਊਗਾ ਜੀ, ਸਾਨੂੰ ਸ਼ਹਿਰੀ ਵੋਟ ਵੀ ਦੇਖਣੀ ਪਊਗੀ, ਸਾਨੂੰ ਪੇਂਡੂ ਵੋਟ ਦੀ ਵੀ ਗੱਲ ਕਰ ਲਈਏ, ਅਤੇ ਹਰ ਬੰਦਾ ਤਿੰਨਾਂ ਪਾਰਟੀਆਂ 'ਚ ਤਾਂ ਜੁੜਿਆ ਹੀ ਹੋਇਆ, ਚਾਹੇ ਅਕਾਲੀ ਦਲ ਹੋ ਗਈ ਉਹਦਾ ਵੀ ਬੇਸ ਹੈਗਾ ਜੀ, ਚਾਹੇ ਕਾਂਗਰਸ ਵੇਖੀ ਉਹਦਾ ਵੀ ਇੱਕ ਫਿਕਸਡ ਬੇਸ ਹੈਗਾ, ਝਾੜੂ ਦਾ ਵੀ ਬੇਸ ਬਣ ਗਿਆ, ਅਤੇ ਉਹਨਾਂ ਦੋਵਾਂ ਸਾਰਿਆਂ 'ਚੋਂ ਸ਼ੇਅਰ ਮਿਲਣਾ ਅੰਮ੍ਰਿਤਪਾਲ ਜੀ ਨੂੰ। ਲਾਜਿਤ ਭੁੱਲਰ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਸਾਰੀਆਂ ਪਾਰਟੀਆਂ ਆਪਣੀ ਵੋਟ ਮਿਲਾ ਲੈਣ ਤਾਂ ਵੀ ਕਹਿੰਦੇ ਮੇਰਾ ਮੁਕਾਬਲਾ ਨਹੀਂ ਕਰ ਪਾਉਣਗੀਆਂ, ਕਹਿੰਦੇ ਮੈਂ ਤਾਂ 2 ਲੱਖ ਦੀ ਲੀਡ ਦੇ ਨਾਲ ਜਿੱਤ ਹਾਸਲ ਕਰ ਰਿਹਾ। ਉਹ ਤਾਂ ਭਾਅ ਜੀ 5 ਤਰੀਕ ਨੂੰ, 4 ਨੂੰ ਹੀ ਪਤਾ ਲੱਗ ਜਾਣਾ, 5 ਵੀ ਨਹੀਂ ਹੋਣੀ, 4 ਨੂੰ ਪਤਾ ਲੱਗ ਜਾਏਗਾ। ਲਾਲਜੀਤ ਸਿੰਘ ਭੁੱਲਰ ਜੀ, ਮੈਂ ਇਹ ਦੱਸਾਂ ਦਾ ਵੀ ਸੁਲਤਾਨਪੁਰ 'ਚੋਂ ਲੀਡ ਨਹੀਂ ਲੈ ਪਾਉਣੀ, ਠੀਕ ਹੈ ਨਾ, ਨਾ ਹੀ ਉਹਨਾਂ ਨੂੰ ਕਪੂਰਥਲੇ 'ਚ ਕੁਛ ਲੱਭਣਾ ਜੀ, ਅਤੇ ਮੈਨੂੰ ਨਹੀਂ ਆਸਰਾ ਕਿ
ਜਿੰਨੇ ਕੁ ਨੰਬਰ ਤੁਹਾਨੂੰ ਦੱਸ ਰਹੇ ਹਾਂ ਉਹ ਆ ਸਕਣ। ਹਰ ਬੰਦਾ ਕਹਿੰਦਾ ਮੈਂ ਜੀ ਇੰਨੇ ਤੋਂ ਜਿੱਤੂੰਗਾ, ਅਤੇ ਜੇ ਕੈਂਡੀਡੇਟ ਹੀ ਮਨੋਬਲ ਛੱਡ ਜਾਏ ਤਾਂ ਫਿਰ ਉਹਦਾ ਕੰਮ ਹੀ ਹੋ ਗਿਆ। ਇਸ ਵੇਲੇ ਜਿਹੜੀ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀਆਂ ਹੋ ਰਹੀਆਂ ਨੇ, ਜੋ ਇੱਕ ਦੂਸਰੇ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਭਾਵੇਂ ਉਹ ਵਿਰਸਾ ਸਿੰਘ ਵਲਟੋਹਾ ਹੋਣ, ਉਹ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਵਾਲ ਚੁੱਕਦੇ ਨੇ, ਅੰਮ੍ਰਿਤਪਾਲ ਸਿੰਘ ਉਹਨਾਂ ਦੀ ਟੀਮ ਜਿਹੜੀ ਆ ਉਹ ਵਲਟੋਹਾ ਉੱਤੇ, ਕੁਲਬੀਰ ਜੀਰਾ ਦੇ ਉੱਤੇ, ਮਨਜੀਤ ਮੀਆਂ ਪਿੰਡ ਦੇ ਉੱਤੇ ਸਵਾਲ ਚੁੱਕ ਰਹੀਆਂ ਨੇ, ਤੁਸੀਂ ਇਸ ਮਾਹੌਲ ਨੂੰ ਕਿਵੇਂ ਵੇਖਦੇ ਹੋ, ਇਸ ਸਿਆਸਤ ਨੂੰ ਕਿਵੇਂ ਵੇਖ ਰਹੇ ਹੋ? ਦੇਖੋ, ਮੈਂ ਇਹ ਮਹਿਸੂਸ ਕਰਦਾ ਕਿ ਬੰਦੇ ਨੂੰ ਨਾ ਪੋਜ਼ਿਟਿਵ ਸਿਆਸਤ ਕਰਨੀ ਚਾਹੀਦੀ ਆ। ਇਹ ਜਿਹੜਾ ਇਲੈਕਸ਼ਨ ਦਾ ਸਮੇਂ ਆ, ਇਹ ਸਿਰਫ 20-25 ਦਿਨਾਂ ਦਾ ਜੀ। ਅੱਜ ਕਿਸੇ ਦੀ ਸ਼ਾਨ ਦੇ ਖਿਲਾਫ਼ ਨਹੀਂ ਬੋਲਣਾ ਚਾਹੀਦਾ, ਕਿਸੇ ਦੇ ਉਲਟ ਨਹੀਂ ਬੋਲਣਾ ਚਾਹੀਦਾ, ਕਿਉਂਕਿ ਲੋਕ ਬੜੇ ਸਿਆਣੇ ਨੇ। ਅਤੇ ਕੱਲ੍ਹ ਨੂੰ ਤੁਸੀਂ ਫੰਕਸ਼ਨਸ 'ਤੇ, ਕਿਸੇ ਦੇ ਭੋਗ 'ਤੇ, ਕਿਸੇ ਦੇ ਵਿਆਹ 'ਤੇ, ਉਹਨਾਂ ਕੈਂਡੀਡੇਟਾਂ ਨੂੰ ਵੀ ਤਾਂ ਮਿਲਣਾ ਹੀ ਆ ਨਾ ਜੀ। ਅਤੇ ਬੰਦਾ ਉਸ ਸਮੇਂ ਅਗਲੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਚੁੱਕਾ ਰਹਿਣਾ ਚਾਹੀਦਾ। ਜਿਹੜੀ ਇਹ ਇਲਜ਼ਾਮਬਾਜ਼ੀਆਂ ਲੱਗ ਰਹੀਆਂ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਚੋਣ ਲੜਨ ਦੇ ਉੱਤੇ ਏਜੰਸੀਆਂ ਦਾ ਹੱਥ ਹੈ, ਮਾਹੌਲ ਪੰਜਾਬ ਦਾ ਖਰਾਬ ਕਰ ਦੇਣਗੀਆਂ, ਤੁਹਾਨੂੰ ਇੱਦਾਂ ਦੀ ਤਸਵੀਰ ਨਜ਼ਰ ਆਉਂਦੀ ਹੈ? ਜੇ ਬਤੌਰ ਆਜ਼ਾਦ ਤੌਰ ਦੇ ਉੱਤੇ ਵੀ, ਇੰਡੀਪੈਂਡੈਂਟ ਤੌਰ ਦੇ ਉੱਤੇ ਅੰਮ੍ਰਿਤਪਾਲ ਜਿੱਤਦੇ ਨੇ, ਖਡੂਰ ਸਾਹਿਬ ਦਾ ਮਾਹੌਲ ਖਰਾਬ ਹੋ ਸਕਦਾ? ਦੇਖੋ, ਪੰਜਾਬ ਦਾ ਮਾਹੌਲ, ਇਕੱਲੇ ਖਡੂਰ ਸਾਹਿਬ ਦੀ ਗੱਲ ਨਹੀਂ ਕਰ ਰਿਹਾ, ਪੰਜਾਬ ਦੀ ਗੱਲ ਕਰ ਰਿਹਾ। ਪੰਜਾਬ ਦਾ ਮਾਹੌਲ ਸਹੀ ਰਹਿਣਾ ਬਹੁਤ ਜ਼ਰੂਰੀ ਹੈ। 1985-84 ਤੋਂ ਲੈ ਕੇ ਜੋ ਲੋਕਾਂ ਨੇ 92 ਤੱਕ ਦਾ ਦੌਰ ਦੇਖਿਆ, ਠੀਕ ਹੈ ਨਾ, ਉਹ ਲੋਕ ਦੁਬਾਰਾ ਦੌਰ ਨਹੀਂ ਦੇਖਣਾ ਚਾਹੁੰਦੇ। ਲੋਕ ਸ਼ਾਂਤੀ ਚਾਹੁੰਦੇ ਆ, ਲੋਕ ਪ੍ਰੋਪਰ ਲਾਅ ਐਂਡ ਆਰਡਰ ਚਾਹੁੰਦੇ ਆ, ਲੋਕ ਚਾਹੁੰਦੇ ਆ ਕਿ ਤਰੱਕੀ ਹੋਵੇ ਅਤੇ ਸਾਡਾ ਪੰਜਾਬ ਪਿੱਛੇ ਨੂੰ ਨਾ ਜਾਵੇ। ਇਸ ਸਰਕਾਰ ਦੀ ਜੇ ਮੈਂ ਗੱਲ ਕਰ ਲਵਾਂ, ਲਾਅ ਐਂਡ ਆਰਡਰ ਦਾ ਇੰਨਾ ਮਾੜਾ ਹਾਲ ਹੈ, ਮੇਰੇ ਸੁਲਤਾਨਪੁਰ 'ਚ ਹਰ ਤੀਜੇ ਦਿਨ ਫਰੌਤੀ ਦੀ ਕਾਲ ਆਉਂਦੀ ਆ, ਕਿਸੇ ਤੋਂ 50 ਲੱਖ, ਕਿਸੇ ਤੋਂ ਕਰੋੜ, ਕਿਸੇ ਤੋਂ 2 ਕਰੋੜ। ਕਈ ਲੋਕ ਦੇ ਵੀ ਆਏ, ਕਈਆਂ ਨੂੰ ਮੈਂ ਰੋਕਿਆ ਵੀ ਭਾਈ ਫਰੌਤੀ ਵਾਲੇ ਨੂੰ ਪੈਸੇ ਨਹੀਂ ਦੇਣੇ, ਸਾਡੇ ਸ਼ਹਿਰ ਦੇ ਹੀ ਮੋਤਬਾਰ ਬੰਦੇ, ਉਹਨਾਂ ਨੂੰ 4 ਦਿਨ ਪਹਿਲਾਂ ਫਰੌਤੀ ਦੀ ਕਾਲ ਆਈ, ਕਹਿੰਦਾ ਭਾਅ ਜੀ ਦਬਕੇ ਬਹੁਤ ਮਾਰਦਾ। ਮੈਂ ਕਿਹਾ ਉਹਨੂੰ ਇਹ ਦੱਸ ਦੇਈਂ ਜਿਹੜਾ ਦਬਕੇ ਮਾਰਦਾ ਫਰੌਤੀ ਵਾਲਾ, ਕਿ ਰਾਣੇ ਤੋਂ ਆ ਕੇ ਪੈਸੇ ਲੈ ਜਾਵੇ, ਰਾਣੇ ਦੀ ਜ਼ਿੰਮੇਵਾਰੀ ਹੈ, ਕਿ ਸੁਲਤਾਨਪੁਰ ਇਲਾਕਾ ਰਾਣੇ ਦਾ, ਅਤੇ ਮੇਰੀ ਜ਼ਿੰਮੇਵਾਰੀ ਆਪਣੇ ਬੰਦਿਆਂ ਦਾ ਸਾਥ ਦੇਣਾ, ਕਿਸੇ ਨੇ ਫਰੌਤੀ ਵਾਲਿਆਂ ਨੂੰ ਪੈਸੇ ਨਹੀਂ ਦੇਣੇ। ਮੁੜ ਕੇ ਆਇਆ ਫੋਨ? ਨਜ਼ੇ ਨਹੀਂ ਆਇਆ। ਸੋ ਸਰਕਾਰ ਦੀ ਡਿਊਟੀ ਬਣਦੀ, ਕਦੇ ਸੋਚਿਆ ਸੀ ਪੰਜਾਬ 'ਚ ਫਰੌਤੀ ਵਾਲੀਆਂ ਕੋਲ ਆਉਣਗੀਆਂ? ਪਰ ਉਹ ਇਲਜ਼ਾਮਬਾਜ਼ੀਆਂ ਤੁਹਾਡੀਆਂ ਪੁਰਾਣੀਆਂ ਸਰਕਾਰਾਂ ਦੇ ਉੱਤੇ ਲਾਉਂਦੇ ਨੇ, ਕਹਿੰਦੇ ਕਿ ਗੈਂਗਸਟਰ ਅਕਾਲੀ ਕਾਂਗਰਸੀਆਂ ਦੀ ਦੇਣ ਨੇ, ਕਹਿੰਦੇ। ਭਾਅ ਜੀ, ਇਲਜ਼ਾਮਬਾਜ਼ੀਆਂ ਵਾਲੀ ਪੋਲੀਟਿਕਸ ਮੈਂ ਤਾਂ ਕਰਦਾ ਨਹੀਂ। ਅੱਜ ਇਹ ਵੀ ਇਲਜ਼ਾਮ ਲੱਗਦਾ ਕਿ ਅਸੀਂ ਤਾਂ ਪੁਰਾਣੇ ਕਰਜ਼ੇ ਪੇ ਕਰਦੇ ਹਾਂ, ਲੱਗਦਾ ਨਾ ਬਿਲਕੁਲ, ਅਤੇ ਤੁਸੀਂ ਵੀ ਸਿਆਣੇ ਪੱਤਰਕਾਰ ਹੋ। ਜਿੱਦਣ ਪੰਜਾਬ ਆਮ ਆਦਮੀ ਪਾਰਟੀ ਦੇ ਹੱਥ 'ਚ ਆਇਆ ਸੀ, 2,70,000 ਕਰੋੜ ਦਾ ਕਰਜ਼ਾ ਸੀ। ਅੱਜ ਪੰਜਾਬ ਦੇ ਲੋਕਾਂ ਨੂੰ ਇਹ ਕਲੈਰਿਟੀ ਹੋਣੀ ਚਾਹੀਦੀ ਹੈ, 2,70,000 ਦਾ ਕਰਜ਼ਾ ਸੀ, ਅੱਜ ਉਹ 4,35,000 ਕਰੋੜ ਰੁਪਈਆ ਬਣ ਚੁੱਕਿਆ, ਡਬਲ। ਸਾਡੀ ਦੇਣਦਾਰੀ 2,70 ਅਤੇ 4,35, 1,60,000 ਕਰੋੜ ਦਾ ਫਰਕ ਹੋ ਗਿਆ। 1,60,000 ਕਰੋੜ 'ਚੋਂ ਸਾਡੀ ਦੇਣਦਾਰੀ ਇੰਟਰਸਟ ਦੀ ਅਤੇ ਪੁਰਾਣੇ ਕਰਜ਼ਿਆਂ ਦੀ 40,000 ਕਰੋੜ ਰੁਪਈਆ, ਦੋਵਾਂ ਸਾਲਾਂ ਦਾ 80,000 ਕਰੋੜ ਰੁਪਈਆ ਮੰਨ ਲਓ, ਉਹ 1,60,000 ਕਰੋੜ ਦਾ ਜਿਹੜਾ ਕਰਜ਼ਾ ਚੱਕਿਆ ਅਤੇ 80,000 ਪੁਰਾਣਾ ਕਰਜ਼ਾ ਵਾਪਸ ਕੀਤਾ,
ਅਡੀਸ਼ਨਲ ਜਿਹੜਾ 80,000 ਕਰੋੜ ਰੁਪਈਆ ਲਿਆ ਬੈਂਕਾਂ ਤੋਂ ਕਰਜ਼ਾ, ਉਹ ਪੰਜਾਬ ਸਰਕਾਰ ਲੋਕਾਂ ਨੂੰ ਦੱਸੇ ਮੈਂ ਵਰਤਿਆ ਕਿੱਥੇ ਆ, ਕਿਸੇ ਪਿੰਡ ਦੇ ਵਿੱਚ ਕੀ ਕੋਈ ਡਿਵੈਲਪਮੈਂਟ ਹੋਈ। ਉਹ ਕਹਿੰਦੇ ਪੁਰਾਣੇ ਹੀ ਕਰਜ਼ੇ ਦਾ ਜੋ ਇੰਟਰਸਟ ਹੈ ਉਹੀ ਉਤਾਰੀ ਜਾਂਦੇ। ਮੈਂ ਤੁਹਾਨੂੰ ਉਹੀ ਨੰਬਰ ਸ਼ੇਅਰ ਕਰਕੇ ਦੱਸ ਰਿਹਾ, ਇਹਨਾਂ ਦੇ ਬਜਟ 'ਚ ਦੱਸੇ, ਮੈਂ ਇਹਨਾਂ ਨੂੰ ਸਵਾਲ ਬਜਟ 'ਚ ਪੁੱਛਿਆ ਵੀ 1,60,000 ਕਰੋੜ ਲਿਆ, 80,000 ਕਰੋੜ ਤੋਂ ਹੀ ਮੋੜਿਆ ਜੀ, ਬਾਕੀ ਦਾ 80,000 ਕਰੋੜ ਦੱਸੋ ਕਿੱਥੇ ਖਰਚਿਆ। ਕੀ ਪੰਜਾਬ ਦੇ ਕਿਸੇ ਪਿੰਡ ਨੂੰ ਪੁੱਛ ਲਓ ਖੜੇ ਹੋ ਕੇ ਕੀ ਰੁਪਈਆ ਵੀ ਡਿਵੈਲਪਮੈਂਟ ਦਾ ਆਇਆ, ਕੀ ਪੰਜਾਬ ਦੇ ਵਿੱਚ ਕੋਈ ਸੜਕ ਮੰਡੀ ਬੋਰਡ ਦੀ ਪੇਂਡੂ ਸੜਕ ਰਿਪੇਅਰ ਹੋਈ, ਕੀ ਕੋਈ ਨਵੀਂ ਸੜਕ, ਇੱਕ ਸੜਕ ਦੱਸ ਦੇਣ ਜੇ ਨਵੀਂ ਬਣੀ ਹੋਵੇ ਪੇਂਡੂ ਇਲਾਕੇ 'ਚ, ਅਤੇ ਉਹ ਬਾਕੀ ਦੇ ਪੈਸੇ ਗਏ ਕਿੱਥੇ। ਥੋੜ੍ਹੇ ਬਹੁਤੇ ਵੀਰੋ ਤੁਹਾਨੂੰ ਵੀ ਆ ਜਾਂਦੇ ਆ, ਉਹ 'ਚ ਕਾਫੀ ਹਿੱਸਾ ਤੁਹਾਡੇ ਕੋਲ ਵੀ ਆ ਜਾਂਦਾ ਪੱਤਰਕਾਰਾਂ ਕੋਲ, ਨਹੀਂ ਸਾਡੇ ਕੋਲ ਪਰਸਨਲ ਤਾਂ ਨਹੀਂ ਆਉਂਦਾ ਬਾਈ ਜੀ, ਪਰਸਨਲ ਨਹੀਂ ਤੁਹਾਡੇ ਚੈਨਲਾਂ ਨੂੰ ਆਉਂਦਾ, ਚੈਨਲ ਨੂੰ ਤਾਂ ਆਉਂਦਾ ਨਾ, ਖੁੱਲ ਕੇ ਹੁਣ ਦੱਸ ਦਿਓ ਉਹ ਆਉਂਦਾ ਹੋਊਗਾ, ਜਿਹੜਾ ਬਜਟ ਹੈ ਉਹਨਾਂ ਨੇ 850 ਕਰੋੜ ਬਜਟ ਰੱਖਿਆ ਉਹਦੇ ਵਿੱਚ ਆਉਂਦਾ ਹੋਊਗਾ, 850 ਕਰੋੜ ਰੱਖਿਆ, ਦਿਨ 350 ਹੁੰਦੇ ਆ ਜੇ ਸ਼ਨੀ ਐਤਵਾਰ ਵੀ ਕੱਢ ਦਈਏ ਤੇ 270 ਹੁੰਦੇ ਆ, ਤੇ ਹਰ 850 ਕਰੋੜ ਦਿਹਾੜੀ ਦਾ 3 ਕਰੋੜ ਰੁਪਈਆ ਹੋ ਗਿਆ, ਸਾਰਿਆਂ ਨੂੰ ਵੰਡ ਵੁੰਡ ਦਿੰਦੇ ਆ, ਤੇ ਪੰਜਾਬ ਦਾ ਇਹ ਫਿਊਚਰ ਹੈ, ਇਹ ਪੰਜਾਬ ਦੇ ਜਿਹੜੇ ਪੈਸੇ ਆ 3-3.5-3-3 ਕਰੋੜ ਰੁਪਈਆ, 3 ਕਰੋੜ ਰੁਪਈਆ ਦਿਹਾੜੀ ਦਾ ਜੇ ਵੰਡਿਆ ਜਾ ਰਿਹਾ ਸਿਰਫ ਆਪਣੀ ਪਬਲਿਸਿਟੀ 'ਤੇ ਅਖਬਾਰਾਂ ਨੂੰ ਚੈਨਲਾਂ ਨੂੰ, ਇਹ ਪੰਜਾਬ ਦੇ ਪੈਸੇ ਲੁੱਟਣ ਵਾਲਾ ਕੰਮ ਨਹੀਂ ਹੈ, ਤਾਂ ਹੋਰ ਕੀ ਹੈ, ਉਹੀ 800,000 ਕਰੋੜ ਰੁਪਈਆ ਪਿੰਡਾਂ 'ਚ ਵਰਤ ਦਿਓ, ਹਰੇਕ ਪਿੰਡ ਨੂੰ 12,000 ਪਿੰਡ ਆ ਪੰਜਾਬ 'ਚ, ਹਰੇਕ ਪਿੰਡ ਨੂੰ ਵੱਡੇ ਛੋਟੇ ਨੂੰ ਮਿਲਾ ਕੇ 8-8 ਲੱਖ ਰੁਪਈਆ ਆ ਜਾਣਾ ਸੀ। ਜੇ ਮੈਂ ਤੁਹਾਡੀ ਹੁਣ ਅੱਗੇ ਦੀ ਆਉਣ ਵਾਲੀ ਪੋਲੀਟਿਕਸ ਦੀ ਗੱਲ ਕਰਾਂ ਤਾਂ ਰਾਣਾ ਇੰਦਰ ਪ੍ਰਤਾਪ ਆਜ਼ਾਦ ਹੀ ਰਹਿਣਗੇ, ਆਜ਼ਾਦੀ ਵਾਲਾ ਨਿੱਘ ਤੁਹਾਨੂੰ ਜ਼ਿਆਦਾ ਪਸੰਦ ਆ ਰਿਹਾ ਜਾਂ ਫਿਰ ਪਾਰਟੀ ਦੇ ਵਿੱਚ ਸ਼ਾਮਿਲ ਹੋਵੋਗੇ, ਕਾਂਗਰਸ ਦੇ ਵਿੱਚ ਐਂਟਰੀ ਮਾਰੋਗੇ? ਆਜ਼ਾਦੀ ਵਾਲਾ ਨਿੱਘ ਬਹੁਤ ਵਧੀਆ, ਆਜ਼ਾਦੀ ਵਰਗੇ ਨਿੱਘ ਦਾ ਨਿੱਘ ਹੀ ਕੋਈ ਨਹੀਂ, ਸੋ ਮੈਂ ਤਾਂ ਆਜ਼ਾਦ ਹੀ ਰਹੂੰਗਾ, ਆਜ਼ਾਦ ਹੀ ਰਹਿਣਾ, ਆਜ਼ਾਦ ਹੀ ਰਹੂੰਗਾ। ਹਾਲਾਂਕਿ ਸਪੋਰਟ ਤੁਸੀਂ ਭਾਵੇਂ ਕੁਲਵੀਰ ਜੀਰਾ ਨੂੰ ਕਰ ਰਹੇ ਹੋ, ਕਾਂਗਰਸ ਨੂੰ ਕਰ ਰਹੇ? ਹਾਂ, ਸਪੋਰਟ ਮੈਂ ਕੁਲਵੀਰ ਜੀਰਾ ਨੂੰ ਕਰ ਰਿਹਾ ਕਿਉਂਕਿ ਰਾਣਾ ਜੀ ਨੇ ਉਹਨਾਂ ਨੂੰ ਟਿਕਟ ਲੈ ਕੇ ਦਿੱਤੀ, ਮਦਦ ਕੀਤੀ, ਅਤੇ ਕਾਂਗਰਸ ਪਾਰਟੀ ਨੂੰ ਕਿਹਾ ਉਹਨੂੰ ਟਿਕਟ ਦਿਓ, ਅਸੀਂ ਜਿਤਾਵਾਂਗੇ। ਸੋ ਜੋ ਪਰ ਜੇ ਅਨੰਦਪੁਰ ਸਾਹਿਬ ਤੋਂ ਲੜਦੇ ਫਿਰ ਤੁਹਾਡਾ ਆਜ਼ਾਦੀ ਰਾਣ ਨਿੱਘ ਚਲੇ ਜਾਣਾ ਸੀਗਾ, ਫਿਰ ਤੁਹਾਨੂੰ ਪਾਰਟੀ ਸ਼ਾਮਿਲ ਹੋਣਾ ਪੈਣਾ ਸੀ। ਹਾਂ, ਹੋ ਜਾਣਾ ਸੀ, ਹੋ ਜਾਣਾ ਸੀ, ਪਰ ਫਿਲਹਾਲ ਦੇ ਟਾਈਮ ਬੀਂਗ ਤੁਸੀਂ ਇਸ ਵੇਲੇ ਆਜ਼ਾਦ ਹੀ ਤੌਰ ਦੇ ਉੱਤੇ ਹੀ ਆਪਣਾ ਕੰਮ ਕਰਨਾ? ਹਾਂ, ਮੈਂ ਆਜ਼ਾਦ ਤੌਰ 'ਤੇ ਕਰਨਾ, ਸੁਲਤਾਨਪੁਰ ਦੇ ਲੋਕ ਵੀ ਆਜ਼ਾਦ ਰਹਿਣਾ ਚਾਹੁੰਦੇ ਆ, ਅਤੇ ਜਿੰਨੇ ਚੰਗੇ ਲੋਕ ਮੇਰੇ ਇਲਾਕੇ ਦੇ ਆ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ, ਇਹੋ ਜਿਹਾ ਇਲਾਕਾ ਨਹੀਂ ਲੱਭ ਸਕਦਾ। ਧੰਨਵਾਦ ਬਾਈ ਜੀ ਗੱਲਬਾਤ ਲਈ, ਬਹੁਤ ਬਹੁਤ ਥੈਂਕ ਯੂ ਬਾਈ ਜੀ। ਤਾਂ ਰਾਣਾ ਇੰਦਰ ਪ੍ਰਤਾਪ ਚੋਣ ਪ੍ਰਚਾਰ ਕਰ ਰਹੇ ਨੇ, ਲੋਕ ਸਭਾ ਚੋਣ ਹੈ, ਔਰ ਖਡੂਰ ਸਾਹਿਬ ਦੀ ਖਾਸ ਤੌਰ ਦੇ ਉੱਤੇ ਗੱਲ ਕਰੀਏ ਤਾਂ ਇਸ ਸੀਟ ਦੇ ਉੱਤੇ ਜਿੱਥੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ, ਤਾਂ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਰਾਣਾ ਇੰਦਰ ਪ੍ਰਤਾਪ ਹੋਣੀ ਔਰ ਰਾਣਾ ਗੁਰਜੀਤ ਸਿੰਘ ਹੋਣਾ ਨੇ, ਕਹਿੰਦੇ ਮੇਰੇ ਪਿਤਾ ਜੀ ਉਹਨਾਂ ਨੇ ਵਾਅਦਾ ਕੀਤਾ ਸੀ ਕੁਲਵੀਰ ਜੀਰਾ ਨੂੰ, ਔਰ ਕਹਿੰਦੇ ਜਿਹੜਾ ਇੱਕ ਵਾਰ ਵਾਅਦਾ ਕਰ ਦਈਏ ਉਸ ਤੋਂ ਅਸੀਂ ਫਿਰ ਆਪਣੇ ਪੈਰ ਪਿੱਛੇ ਨਹੀਂ ਖਿੱਚਦੇ, ਇਸੀ ਕਰਕੇ ਕੁਲਵੀਰ ਜੀਰਾ ਨੂੰ ਟਿਕਟ ਵੀ ਦਵਾਈ ਹੈ ਔਰ ਫਿਰ ਹੁਣ ਡਟ ਕੇ ਉਹਨਾਂ ਦੀ ਸਪੋਰਟ ਵੀ ਕਰ ਰਹੇ ਹਾਂ। ਕੈਮਰਾ ਪਰਸਨ ਦਵਿੰਦਰ ਨਾਗਾ, ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।